ਕਸ਼ਮੀਰ ਦੇ ਪੁਲਵਾਮਾ ਵਿਖੇ ਅੱਤਵਾਦੀਆਂ ਵੱਲੋਂ ਕੀਤੇ ਗਏ ਫਿਦਾਇਨ ਹਮਲੇ ਵਿੱਚ CRPF ਦੇ ਕਰੀਬ 40 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖਿਲਾਫ ਆਪਣਾ ਗੁੱਸਾ ਜ਼ਾਹਿਰ ਕਰਦਿਆਂ ਲੁਧਿਆਣਾ ਸਥਿਤ ਜਾਮਾ ਮਸਜਿਦ ਦੇ ਬਾਹਰ ਮੁਸਲਮਾਨਾਂ ਵੱਲੋਂ ਇਮਰਾਨ ਖਾਨ ਦਾ ਪੁਤਲਾ ਫੂਕਣ ਤੋਂ ਬਾਅਦ ਰੋਸ ਪ੍ਰਦਰਸ਼ਨ ਕੀਤਾ ਗਿਆ। ਜਾਮਾ ਮਸਜਿਦ ਦੇ ਸ਼ਾਹੀ ਇਮਾਮ ਮੌਲਾਨਾ ਹਬੀਬੁਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਬੀਤੇ ਦਿਨੀ ਅੰਜਾਮ ਦਿੱਤੀ ਗਈ ਆਤੰਕੀਆਂ ਵੱਲੋਂ ਇਸ ਘਟਨਾ ਵਿੱਚ ਕਰੀਬ 40 ਜਵਾਨ ਸ਼ਹੀਦ ਹੋ ਗਏ ਹਨ। ਉਹਨਾਂ ਕਿਹਾ ਕਿ ਇੰਟੈਲੀਜੈਂਸ ਇਨਪੁਟ ਦੇ ਬਾਵਜੂਦ ਇਹ ਘਟਨਾ ਹੋਣਾ ਸਾਡੇ ਅੰਦਰ ਹੀ ਕਿਸੇ ਗੱਦਾਰ ਦੀ ਹਰਕਤ ਦਾ ਨਤੀਜਾ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਪਾਕਿਸਤਾਨ ਨਾਲ ਸੰਬੰਧਾਂ ਨੂੰ ਤੋੜ ਦਿੱਤਾ ਜਾਵੇ। ਇਸੇ ਤਰ੍ਹਾਂ ਦੇਸ਼ ਦੇ ਅੰਦਰ ਬੈਠੇ ਗੱਦਾਰਾਂ ਦੀ ਵੀ ਪਹਿਚਾਣ ਕਰਕੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਬੀਤੀ ਸ਼ਾਮ ਕਸ਼ਮੀਰ ਦੇ ਪੁਲਵਾਮਾ 'ਚ ਜਿਹੜਾ ਆਤਮਘਾਤੀ ਹਮਲਾ CRPF ਜਵਾਨਾਂ ਦੇ ਉੱਤੇ ਕੀਤਾ ਗਿਆ ਹੈ, ਪੰਜਾਬ ਦੇ ਸ਼ਾਹੀ ਇਮਾਮ ਸਾਹਿਬ ਵੱਲੋਂ ਅਜੇ ਕਿਹਾ ਗਿਆ ਕਿ ਇਹ ਸਿੱਧਾ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਇਹਦੇ 'ਚ ਹੱਥ ਹੈ। ਉਹੀ ਜਿਹੜਾ ਬੰਦਾ ਦੋਗਲੀ ਨੀਤੀ ਦੇ ਮੁਤਾਬਕ ਭਾਰਤ ਦੇ ਨਾਲ ਜਿਹੜਾ ਹੈ ਉਹ ਨਾਪਾਕ ਸਾਜ਼ਿਸ਼ ਦੇ ਮੁਤਾਬਕ ਖੇਡ ਖੇਡ ਰਿਹਾ। ਪੰਜਾਬ ਦੇ ਸਮੂਹ ਮੁਸਲਮਾਨ ਜਿਹੜੇ ਨੇ ਇਸ ਗੱਲ ਤੋਂ ਰੋਸ ਪ੍ਰਗਟ ਕਰਦੇ ਨੇ ਜੋ ਕੁਛ ਵੀ ਕੱਲ੍ਹ ਪੁਲਵਾਮਾ ਦੇ ਵਿੱਚ ਹੋਇਆ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਪਾਕਿਸਤਾਨ ਨੂੰ ਵੀ ਅਤੇ ਪੂਰੀ ਦੁਨੀਆ 'ਚ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਿਲ ਜਿਹੜੇ ਲੋਕ ਨੇ ਉਹਨਾਂ ਨੂੰ ਕਿ ਅਸੀਂ ਆਪਣੀ ਦੇਸ਼ ਦੀ ਏਕਤਾ ਅਖੰਡਤਾ ਅਤੇ ਰੱਖਿਆ ਦੇ ਲਈ ਸਮੂਹ ਭਾਈਚਾਰੇ ਦੇ ਲੋਕ ਭਾਵੇਂ ਮੁਸਲਮਾਨ ਨੇ, ਹਿੰਦੂ ਨੇ, ਸਿੱਖ ਨੇ, ਆਪਸ ਦੇ ਵਿੱਚ ਇਕੱਠੇ ਹਾਂ ਔਰ ਇਨਸ਼ਾ ਅੱਲਾਹ ਤਾਲਾ ਇੱਟ ਦਾ ਜਵਾਬ ਪੱਥਰ ਦੇ ਨਾਲ ਦਿੱਤਾ ਜਾਵੇਗਾ। ਬਿਊਰੋ ਰਿਪੋਰਟ, ਲੁਧਿਆਣਾ।